ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ-ਹੁਣੇ ਭਾਰਤਿਆ ਨੂੰ ਲੱਗਾ ਵੱਡਾ ਮਹਿੰਗਾਈ ਦਾ ਇਹ ਝਟਕਾ ਇਹ ਚੀਜ਼ਾਂ ਦੇ ਵਧਣਗੇ ਰੇਟ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਰੂਸ ਦੇ ਯੂਕਰੇਨ ਦੇ ਦਰਮਿਆਨ ਜੰਗ ਦਾ ਸੋਰ ਹੁਣ ਆਮ ਲੋਕਾਂ ਦੇ ਵੀ ਪਵੇਗਾ ਦੋਵੇਂ ਦੇਸ਼ਾਂ ਦੇ ਦਰਾਮਦ ਹੋਣ ਵਾਲੀਆਂ ਵਸਤਾਂ ਦੇ ਭਾਵ ਲਗਾਤਾਰ ਵਧਣ ਲੱਗੇ ਨੇ ਇਸ ਕਾਰਨ ਕਰਾਂਚੋ ਰੋਜ਼ਾਨਾ ਵਰਤਿਆ ਜਾਣ ਵਾਲੀ ਰਿਫਾਈਨ ਟੀਲ ਵੀ ਲਗਾਤਾਰ ਮਹਿੰਗਾ ਹੋ ਗਿਆ ਹੈ। ਹੋਲਸੇਲ ਦੁਕਾਨਦਾਰਾਂ ਦੇ ਮੁਤਾਬਿਕ ਜਦੋਂ ਤੋਂ ਯੂਕਰੇਨ ਨਾਲ ਯੁੱਧ ਸ਼ੁਰੂ ਹੋਇਆ ਉਦੋਂ ਤੋਂ 150 ਤੋਂ ਲੈ ਕੇ 200 ਰੁਪਏ ਪ੍ਰਤੀ ਟੀਨ ਦਾ ਰੇਟ ਵਧ ਗਿਆ ਹੈ। ਮਿਲ ਵਾਲਿਆਂ ਨੇ ਭਾਵ ਲਗਾਤਾਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਹੋਲਸੇਲ ਭਾਅ ਜੋ ਵੀ ਤੇਜ਼ੀ ਦੇ ਨਾਲ ਵਧ ਗਿਆ ਹੈ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੇ ਪਵੇਗਾ। ਸ਼ੂਗਰ ਮਨਸਪਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਯੂਕਰੇਨ ਚ ਸੋਇਆਬੀਨ ਦਾ ਤੇਲ ਆਉਂਦਾ ਹੈ ਤੇ ਸੋਇਆਬੀਨ ਵੀ ਉੱਥੇ ਆਉਂਦੀ ਹੈ ਉੱਥੇ ਯੁੱਧ ਕਾਰਨ ਮਾਲ ਨਹੀਂ ਆ ਰਿਹਾ ਤੇ ਮਿਲਵਾਲਿਆਂ ਨੂੰ ਮਾਲ ਨਾ ਮਿਲਣ ਦੇ ਕਾਰਨ ਉਹਨਾਂ ਦੇ ਭਾਅ ਵਾ ਦਿੱਤੇ ਹੈ ਤੇ ਉਸ ਤੋਂ ਬਾਅਦ ਅੱਗੇ ਦੁਕਾਨਦਾਰਾਂ ਵਿੱਚ ਜਮੂਰਣ ਭਾਅ ਵਧੋਣਾ ਸ਼ੁਰੂ ਕਰ ਦਿੱਤਾ ਹੈ ਖਬਰ ਲਾਸਤਕ ਦੇਖਣ ਲਈ